ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਘਰ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਆ ਗਿਆ ਸੀਗਾ 47,000 ਕਿਹੜਾ ਬਿੱਲ ਕਿਹੜਾ ਬਿੱਲ ਬਿਜਲੀ ਦਾ ਬਿੱਲ ਕਿੰਨਾ 47,000 ਘਰ ਹੈ ਇਹਨਾਂ ਦਾ ਫੈਕਟਰੀ ਥੋੜੀ ਹੈ ਅਸੀਂ ਵੀ ਸੁਣ ਕੇ ਹੈਰਾਨ ਰਹਿ ਗਏ ਵੀ ਇੰਨਾ ਬਿੱਲ ਉਸ ਤੋਂ ਬਾਅਦ ਪਰਮੇਸ਼ਵਰ ਤੁਹਾਡੀ ਆਸ਼ੀਸ਼ ਨੂੰ ਚੁਰਾਉਣ ਵਾਲੇ ਨੂੰ ਕੀ ਕਰੇਗਾ? ਝਿੜਕੇਗਾ। ਜਦੋਂ ਇਹ ਆਫਿਸਰ ਨੂੰ ਮਿਲੇ, ਉਹਨੇ ਇਹਨਾਂ ਨੇ ਬਿੱਲ ਦਿਖਾਇਆ, ਉਸੀ ਵਕਤ ਉਸ ਆਫਿਸਰ ਨੇ ਬਿੱਲ ਦੇ ਉੱਪਰ ਕਿੰਨਾ ਲਿਖਿਆ? 4,500 ਰੁਪਇਆ ਕਹਿੰਦਾ ਤੁਸੀਂ ਜਮਾ ਕਰਨਾ ਬਸ। ਕਿੰਨੇ ਦਿਨ ਨੂੰ ਸਮਝ ਲੱਗੀ? ਕਿਤੇ 47,000 ਤੇ ਕਿਤੇ 4,500। ਹੁਣ ਆ ਗਿਆ ਨਾ ਘਰ ਦਾ ਬਿੱਲ। ਜੋਬ ਦੇ ਕਰਕੇ ਇਹਨਾਂ ਨੂੰ ਪੈਨਸ਼ਨ ਲੱਗੀ, ਅੰਕਲ ਗਵਰਨਮੈਂਟ ਸਰਵਿਸ ਕਰਦੇ ਹੁੰਦੇ ਸੀ। ਔਰ ਮੇਰੇ ਕੋਲ ਆਏ, ਮੈਨੂੰ ਜਦੋਂ ਮਿਲੇ, ਮੈਂ ਇਹਨਾਂ ਨੂੰ ਸਮਝਾਇਆ, ਮੈਂ ਕਿਹਾ ਵਚਨ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਆ ਕਿ ਤੂੰ ਆਪਣੀ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਲਿਆ ਕੇ ਕੀ ਕਰ, ਮੇਰੇ ਖਿਦਮਤ ਚ ਤਾਰ, ਹੈ ਨਾ, ਤਾਂ ਜੋ ਮੇਰੇ ਘਰ ਦੇ ਵਿੱਚ ਭੋਜਨ ਹੋਵੇ। ਔਰ ਉਸ ਦਿਨ ਤੋਂ ਬਾਅਦ ਇਹ ਵਫ਼ਾਦਾਰ ਹੋ ਗਏ। ਜਦੋਂ ਇਹਨਾਂ ਨੇ ਪੈਨਸ਼ਨ ਲੈ ਕੇ ਆਉਣੀ, ਸਭ ਤੋਂ ਪਹਿਲਾਂ ਇਹਨਾਂ ਨੇ ਰੱਬ ਦਾ ਹਿੱਸਾ, ਸਭ ਤੋਂ ਪਹਿਲਾਂ, ਚਾਹੇ 30 ਤਰੀਕ ਨੂੰ ਲਿਆਉਣਾ, ਚਾਹੇ 29 ਨੂੰ ਲਿਆਉਣਾ, ਚਾਹੇ 1-2 ਤਰੀਕ ਨੂੰ ਲੈ ਕੇ ਆਉਣ, ਇਹਨਾਂ ਨੇ ਸਭ ਤੋਂ ਪਹਿਲਾਂ ਪ੍ਰਭੂ ਦੇ ਘਰ ਦੇ ਵਿੱਚ 10ਵਾਂ ਹਿੱਸਾ ਪ੍ਰਭੂ ਦਾ ਦੇ ਕੇ ਫਿਰ ਇਹਨਾਂ ਨੇ ਆਪਣੇ ਘਰ ਦੇ ਖਰਚੇ ਕਰਨੇ। ਮੈਨੂੰ ਨਹੀਂ ਲੱਗਦਾ ਜ਼ਿਆਦਾ ਟਾਈਮ ਹੋਇਆ ਹੋਣਾ, 1.5-2 ਮਹੀਨੇ ਬਾਅਦ ਇਹਨਾਂ ਦੀ ਮੇਰੇ 2,000 ਪੈਨਸ਼ਨ ਹੋ ਗਈ। ਬੋਲੋ ਹਾਲੇਲੂਇਆ, ਹਾਲੇਲੂਇਆ। ਲੱਗੀ ਸਮਝ ਕੇ? ਕਿੱਦਾਂ ਵੱਧ ਗਈ? ਕਿੱਦਾਂ ਵੱਧ ਗਈ? ਤੇ ਘਟਦੀ ਕਿੱਦਾਂ? ਜਦੋਂ ਬੀਜੂਗੇ ਤਾਂ ਫਿਰ ਵੱਟਣ ਦੀ ਆਸ ਵੀ ਹੈਗੀ ਆ, ਤਾਂ ਜੇ ਬੀਜੂਗੇ ਨੀ, ਮੈਂ ਦੇਖਦੇ ਰਹੋ, ਉਦੋਂ ਭੰਗ ਨਿਕਲ ਜਾਣੀ। ਕਿੰਨੇ ਜਣੇ ਨੂੰ ਸਮਝ ਲੱਗ ਰਹੀ ਆ? ਅਗਰ ਕੁਛ ਬੀਜਿਆ ਹੋਏਗਾ ਖੇਤ ਦੇ ਵਿੱਚ, ਉਹੀ ਨਿਕਲਣਾ ਆ ਬਾਹਰ। ਅਗਰ ਕੁਛ ਬੀਜਿਆ ਨਹੀਂ ਹੋਊਗਾ ਖਾਲੀ ਜ਼ਮੀਨ ਤੇ, ਦੇਖ ਲਓ ਤਾਂ ਜੜੀ ਬੂਟੀਆਂ ਨਿਕਲ ਆਉਂਦੀਆਂ, ਭੰਗ ਜੀ ਨਿਕਲ ਆਉਂਦੀ ਕਿ ਨਹੀਂ ਆਉਂਦੀ?